ਆਏ ਤਾਂ ਨਹੀਂ ਸੂਤ ਆਉਣਾ ਬੈਂਚ ਤੇ ਪੈ ਦਾ ਕੰਮ ਆ ਹਾਂਜੀ ਬੈਂਚ ਤੇ ਪੈ ਕੇ ਤਾਂ ਨਹੀਂ ਸੂਤ ਆਉਣਾ ਕੰਮ ਉਹ ਡੱਡਾ ਨਹੀਂ ਲਾਉਣੇ ਸੂਤ ਆ ਹਾਂਜੀ ਠੀਕ ਹੈ ਮੈਂ ਤਾਂ ਕਹਿੰਦਾ ਕਰ ਦੇਣਾ ਇੱਕ ਤਿੰਨ ਕਿਹੜੀ ਲਾਉਣੇ ਆ ਕੀ ਹਾਲ ਆ ਮਿੱਤਰ ਹਾਂ ਅੱਜ ਕਿੰਨੇ ਲਾਏਗਾ ਅੱਜ ਤਾਂ ਆਖੇ ਹੀ ਨਹੀਂ ਕਰ ਦੇਣਾ ਅੱਜ ਐਂ ਕਹੇਗਾ ਵੀ ਦੋ ਕੁ ਗੇੜੇ ਜੇ ਕਾਲੇ ਕਾਲੇ ਜੇ ਦੇਖ ਕੇ ਮੁੜੇ ਆਏ ਹਾਂ ਠੀਕ ਹੋ ਅੱਜ ਬਾਲੇ ਚਾਨਣ ਚ ਬਣ ਗਏ ਜੀਰਾ ਮੱਛਰ ਖਾ ਜੂ ਇੱਥੇ ਜੀਰਾ ਮੱਛਰ ਹਾਂ तू खड़े पहला वाहिगुरु हैलो मम्मी सत श्री अकाल अज पहला आ गया ठीक हाँ भी मल ਪੋ ਚਲਾ ਵਾਲ ਕਰ ਹੈਂ ਸੁੱਕੇ ਹੋ ਪੋ ਚਲਾ ਛੱਡ ਦਿੱਤਾ ਤੜਕੀ ਪਈ ਜਿੰਮ ਜਾਂਦੇ ਸੀਗੇ ਕਿੰਨੇ ਵਜੇ ਸੀਗੇ 4:30 ਵਜੇ 4:30 ਨਹੀਂ 35-36 ਮਿੰਟ ਇੱਥੇ ਜੇ ਹੋ ਰਹੇ ਸੀਗੇ 4 ਵਜੇ ਕੇ ਮਾਸੀ ਤੇ ਜਾ ਕੇ ਡਰਾਇਰ ਚੱਕ ਲਈ ਉਧਰ ਪੂਰੇ ਨੇ 2:30-3 ਮਿੰਟ ਝੁੱਟੀ ਲਾਈ ਬਾਲ ਸਿੱਧੇ ਕਰਦੇ ਮੈਂ ਬਰਾਤ ਜਾਂਦੇ ਆ ਕਿ ਪਹਿਲਾਂ ਮੈਂ ਦੱਸ ਜਿੰਮ ਜਾਂਦੇ ਆ ਸਾਡੇ ਮਾਸੀ ਉਹ ਨਾ ਸਤਿ ਸ੍ਰੀ ਅਕਾਲ ਇਹ ਆਇਆ ਦੇਖੀ ਜਦੋਂ ਇਹ ਛੋਟਾ ਜਿਹਾ ਹੁੰਦਾ ਮੇਰੀ ਦਾਦੀ ਨੂੰ ਲਾਲੜਾ ਵਾਲਾ ਸੀ ਇਹਦੇ ਵਾਲ ਇਸ ਟਾਈਮ ਉੜ ਜਾਂਦੀ ਉਹ ਇੱਥੋਂ ਇਹਦੇ ਆਏ ਮੁੜ ਗਏ ਇਹਨੂੰ ਆਏ ਵੀ ਮੇਰਾ ਤਾਂ ਵੀ ਬੁਰੇ ਲੱਗਦੇ ਨੇ ਆ ਦਿਖਾਈ ਕਿੰਨੇ ਦੀ ਨਿਸ਼ਾਨੀ ਇੱਥੋਂ ਆਏ ਉਹ ਢਿੱਡ ਦੇ ਵਾਲਿਆਂ ਦੀ ਉਹ ਆਈ ਮੋਸੀ ਜਾਂਦੀ ਇਹਦੇ ਵਾਲ ਪਹਿਲਾਂ ਹੁਣ ਦੱਸ ਕਰਨਾ ਦਾ ਆਪਾਂ ਕੰਮ ਆ ਗਏ ਬਾਲ ਹੀ ਸਿੱਧੇ ਕਰੀ ਨਾ ਗੱਲ ਆ ਕੋਈ ਤੇ ਦੱਸਿਓ ਬਈ ਪੰਜਾਬ ਵਾਲੇ ਤੁਹਾਡੇ ਵੋਟਾਂ ਦਾ ਮਾਹੌਲ ਅੱਜ ਕਿਵੇਂ ਰਿਹਾ ਕਿਹੇ ਜੀ ਖਬਰ ਆ ਤੇ ਸਰਪੰਚ ਤੁਹਾਡਾ ਕੌਣ ਬਣੂਗਾ ਤੇ ਉਮੀਦ ਜੀ ਦਾ ਵੇਲੇ ਸਰੀ ਹੋ ਜਾਂਦੀ ਆ ਬੰਦੇ ਨੂੰ ਵੀ ਅੱਜ ਕੌਣ ਜਿੱਤੂਗਾ ਤੇ ਕੌਣ ਹਾਰੂਗਾ ਪੰਜਾਬ ਦੀ ਗੱਲ ਕਰਦਾ ਯਾਰ ਮੈਂ ਤਾਂ ਵੀਡੀਓ ਬਣਾ ਲਾ ਮਾਸੀ ਕੁੱਕੜ ਨੇ ਹੰਗਾਰਾ ਭਰਤਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਆਪਣੇ ਵਾਲੇ ਅਮਨੀ ਵਾਲੇ ਪਾਸੇ ਆਏ ਹੈਗੇ ਹੱਥ ਚ ਪਾਨੇ ਸਤਿ ਸ੍ਰੀ ਅਕਾਲ ਮਾਸੀ ਤਗੜੇ ਹਾਂ ਵਧੀਆ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀ ਸਾਰਿਆਂ ਦੇਖਾਂ ਹਾਂ ਵੀ ਉਬਰਾ ਸਤਿ ਸ੍ਰੀ ਅਕਾਲ ਭਾਈ ਤੇ ਆਪਣੇ ਅਮਨ ਕੀ ਟਰਾਲੀ ਤੇ ਬੈੱਡ ਲਾ ਕੇ ਲਿਆਉਣਾ ਤੇ ਝੋਨਾ ਕੱਟਣ ਦੀ ਇਹ ਤਿਆਰੀ ਹੈ ਨੌਜਵਾਨਾਂ ਦੀ ਤੇ ਮੌਸਮ ਮਾਸੀ ਠੰਡਾ ਹੋ ਗਿਆ ਗਰਮੀ ਆ ਠੰਡ ਉਤਰੇ ਠੀਕ ਹੈ ਹਾਂ ਥੋੜ੍ਹਾ ਜਿਹਾ ਮੌਸਮ ਦਾ ਫਰਕ ਪੈ ਗਿਆ ਤੇ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਵੀਡੀਓ ਦੇਖਣ ਵਾਲਿਆਂ ਨੂੰ ਅੱਜ 15 ਅਕਤੂਬਰ 2024 ਤੇ ਸਮਾਂ ਪਤਾ ਨਹੀਂ 12:30 ਵਜੇ 12:30 ਦਾ ਹੋ ਗਿਆ ਹੋਊਗਾ ਤੇ ਨਟ ਹਾਂ ਨਟ ਚੱਕਦੇ ਸਾਰੇ ਤੇ ਬੈੱਡ ਕੱਸਦੇ ਆਉਂਦਾ ਮੈਂ ਕਿਹਾ ਤੈਨੂੰ ਆਵਾਜ਼ ਨਹੀਂ ਸੁਣੀ ਉਹ ਆਉਂਦਾ ਭੱਜਿਆ ਟਰੈਕਟਰ ਦੀ ਕਹਿੰਦਾ ਨਾ ਵੀ ਸੁਣੀ ਨਹੀਂ ਮੈਂ ਕਿਹਾ ਸੁਣੇ ਕਿੱਥੋਂ ਕੰਨਾਂ 'ਚ ਡਾਟੇ ਲਾਈ ਬੈਠਾਂਗਾ ਚੱਕ ਫੁੱਲ ਚੱਕ ਲੂ ਬਾਜ ਆਏ ਵੀ ਦੇਖ ਲੈ ਬੰਦਾ ਘਰੇ ਭਾਵੇਂ ਚੋਰ ਲੁੱਟ ਕੇ ਲੈ ਜਾਣ ਸਾਰਾ ਘਰ ਚੱਕ ਕੇ ਲੈ ਜਾਣ ਚੋਰ ਅੰਦਰ ਆ ਕੇ ਬੈੱਡ ਅੰਦਰ ਆਵਾਸੀ ਗੋਹਾ ਵੀ ਬਥੇਰਾ ਮਹਿੰਗਾ ਹੋ ਰਿਹਾ ਹੁਣ ਤਾਂ ਹੌਲੀ ਵੀ ਇਹ ਤਾਂ ਤੁਹਾਡਾ ਸਮਾਨ ਰੱਖਣ ਵਾਲਾ ਘਰ ਤੇ ਉੱਧਰ ਲਾ ਟੈਂਪਰ ਹਾਂ ਇਹ ਮਾਲ ਲੈਂਦਾ ਮੈਨੂੰ ਲੱਗਦਾ ਜੀ ਟੈਂਪਰ ਟੈਂਪਰ ਆ
गेट चढ़ गया की बना दे बना दे सेविंगा चल चल ट्राली चीजें झोना बना चलिया नौजवान नाल गगू आ देख ला माड़ा फोन की देखी इना गए जी करके सारा दिन हथ ची रखे करे इथे तो टायर देखी जावा को टायर दे जावा बचाले आऊगा ਬੇਰ ਭਾਲਦਾ ਵੀਰੀ ਥੱਲੇ ਮੈਨੂੰ ਤਾਂ ਐਂ ਲੱਗਿਆ ਨੀ ਮੈਂ ਹੋਈ ਜਾਂਦਾ ਸੀਗਾ ਚੱਲ ਕੋਈ ਨਾ ਬੱਚਤ ਰਹੇਗੀ ਹਲੇ ਵੀ ਆ ਚੱਕ ਦੇ ਡਾਣੀ ਦੱਪਾ ਜੇ ਕੋਈ ਆ ਝੋਨਾ ਵਢਾਉਣਾ ਭਾਈ ਆਪਣਾ ਕਵੇਰੀ 468 ਇਹ ਤੋਲ ਤਲਾਈ ਕਰਾਂਗੇ ਦੇਖਦੇ ਹਾਂ ਕਿੰਨਾ ਕੁ ਬੈਠੂਗਾ ਅਤੇ ਮਸ਼ੀਨ ਵਾਲੇ ਸਾਡੇ ਥੋੜ੍ਹੇ ਜਿਹੇ ਅੱਜ ਵੀ ਹੋ ਰਹੇ ਨੇ ਭਾਈ ਸਾਨੂੰ ਘੰਟਾ ਪਹਿਲਾਂ ਹੀ ਫੋਨ ਕਰਤਾ ਸੀਗਾ ਚੱਲ ਆਏ ਤਾਂ ਅਸੀਂ ਵੀ ਐਂ ਤਾਂ ਬੰਦਾ ਥੋੜ੍ਹਾ ਜਿਹਾ ਪਤਾ ਹੁੰਦਾ ਵੀ ਹਿਸਾਬ ਕਿਤਾਬ ਬੰਦੇ ਦਾ ਬਸ ਤੁਰ ਪਏ ਅਸੀਂ ਮਸ਼ੀਨ ਲੈ ਕਹਿੰਦੇ ਫਿਰ ਅਸੀਂ ਵੀ ਕਹਿਤਾ ਅਸੀਂ ਵੀ ਕਹਿਤਾ ਬਾਈ ਅਸੀਂ ਵੀ ਤੁਰ ਪਏ ਟਰੈਕਟਰ ਲੈ ਕੇ ਆਪਾਂ ਤਾਂ ਆਪਦਾ ਰੋਟੀ ਟੁੱਕ ਖਾ ਕੇ ਹੁਣ ਆਏ ਹਾਂ ਸਮਾਂ 1:30 ਵਜੇ ਦਾ ਹੋ ਗਿਆ ਅਤੇ ਹਜੇ ਕਿਤੇ ਹੁਣ ਉਹ ਤੁਰਦੇ ਹੋਣਗੇ ਉੱਧਰ ਨਹਿਰ ਬੰਨੀ ਵੱਢੀ ਜਾਂਦੇ ਸੀਗੇ ਅਤੇ ਉਹਨਾਂ ਨੂੰ ਥੋੜ੍ਹਾ ਐਂ ਰਹਿੰਦਾ ਵੀ ਚੱਲ ਸਾਰਿਆਂ ਨੂੰ ਹੁੰਦੀ ਆ ਵੀ ਕੰਮ ਨਾ ਖੜ੍ਹੇ ਖੜ੍ਹਨਾ ਨਾ ਬਾਈ ਜਾ ਕੇ ਅਤੇ ਆਪਣਾ ਤਾਂ ਕੰਮ ਤਿਆਰ ਹੀ ਸੀ ਕੱਲ੍ਹ ਬਸ ਉਹ ਟਰਾਲੀ ਵਾਲਾ ਕੰਮ ਸੈੱਟ ਕਰਨਾ ਸੀਗਾ ਬਾਕੀ ਨੌਜਵਾਨ ਵਿਹਲੇ ਸੀ ਹੁਣ ਦੱਸ ਕੇ ਇਹਨੂੰ ਕੀ ਲੋੜ ਆ ਉਹਨਾਂ ਨੇ ਕਹਿਣੀ ਮੂੰਹ ਹੀ ਲਾਉਣਾ ਪਰ ਉਹਨਾਂ ਕੀ ਲੋੜ ਪੈ ਕਰਤਾ ਇਹਦਾ ਆਹ ਚੁਗਾ ਚੁਗਾ ਕਿਉਂ ਇਹ ਇੱਥੇ ਲੱਗਿਆ ਹੋਏ ਮਨਪ੍ਰੀਤ ਤੇ ਪਾਪਾ ਵੀ ਆ ਗਏ ਮਗਰੀ ਪਈ ਨੌਜਵਾਨ ਖੈਰ ਚਾਹ ਹੁੰਦਾ ਪੈਲੀ ਦਾ ਆਉਂਦੇ ਹੋਏ ਸੜਕ 'ਤੇ ਨਿਗਾਹ ਮਾਰੀ ਅਤੇ ਭਾਈ ਕਾਟੋ ਦਾ ਦੇਹਾਂਤ ਹੋਇਆ ਪਿਆ ਵਿਚਾਰੀ ਦਾ
ਐਡਾ ਸੋਹਣਾ ਜਾਨਵਰ ਸੜਕ ਤੇ ਪਿਆ ਦੇਖ ਕੇ ਯਾਰ ਉੱਪਰ ਆਏ ਲੱਗਦਾ ਗਾ ਇੱਥੇ ਸੀ ਇਹ ਟਾਇਰ ਪਰੇ ਘੁਮਾ ਲਿਆ ਆਪਾਂ ਮਾੜਾ ਜਿਹਾ ਤੇ ਇੱਕ ਇੱਧਰ ਪਤਾ ਨਹੀਂ ਕੀ ਜਾਨਵਰ ਹੈਗਾ ਹੈ ਬਦਬੋ ਆਈ ਜਾਂਦੀ ਸੀ ਬਦਬੋ ਹਾਰ ਨਾ ਚੱਕ ਮਿੱਟੀ ਵਾਲੀ ਇੱਧਰ ਮੀਂਹ ਦਾ ਪਾਣੀ ਜਾਂਦਾ ਜਦੋਂ ਖਾਰ ਪੈ ਜਾਂਦੇ ਸਾਰੀ ਉਹਨਾਂ ਤੋਂ ਚੱਕ ਲਾ ਵੱਟ ਜੀ ਰਹਿ ਜਾਣਦੇ ਪਾ ਦੇ ਮਿੱਟੀ ਦੋ ਟੱਕ ਹੁਣ ਵੇਖ ਉਹ ਮੈਂ ਕੀ ਕਹੀ ਨਾ ਉਹ ਵੱਟ ਨਾ ਚੱਕ ਬਾਈ ਜੀ ਸੁਣ ਲਿਆ ਕਰੋ ਗੁਰੂ ਜੀ ਐਂ ਆਖਿਆ ਜੀ ਕੱਕੂ ਤੈਨੂੰ ਲਾ ਤੜ ਲਾ ਹੁਣ ਉਹ ਮੁਸ਼ਕਿਲ ਨਹੀਂ ਨਿਕਲਦੀ ਉਹਦੇ ਚ ਟਾਕਾਂ ਦੇ ਹੱਥ ਧਰ ਕੇ ਝਾਕਦਾ ਦੇਖ ਕਣਖਾ ਜਿਹਾ ਅਜੇ ਪੀਟਰ ਦੇ ਦਰਸ਼ਨ ਕਰੀ ਉਹਨੇ ਆਵਾਂ ਉਹਦੇ ਅਮਾਰ ਦੇ ਹਾਰਨ ਉਹ ਵਿੱਚ ਤਾਂ ਨਹੀਂ ਰੱਖਿਆ ਵਾ ਕੋਈ ਟੰਬਾ ਟੁੰਬਾ ਪਿੰਡ ਪਹੁੰਚ ਗਏ ਅੱਡੇ ਤੇ ਭਾਈ ਹਾਰਨ ਇੱਥੇ ਸੁਣਦੇ ਆ ਜਿਉਂਦਾ ਵੱਸਦਾ ਰਹੇ ਫੀਟਰ ਵਿਚਾਰਾ ਤਿਲਕਲ ਵਾ ਥੋੜਾ ਜਿਹਾ ਲੱਗਿਆ ਥੋੜਾ ਜਿਹਾ ਲੱਗਿਆ ਗਾ ਵਾਹ ਵੀ ਕਾਲਸੇ ਨੀ ਲਵਾਈ ਫਿਰਦਾ ਗਾ ਕੋਈ ਇੰਨਾ ਨਹੀਂ ਲੱਗਿਆ ਸੀਗਾ ਇੱਥੇ ਲਵਾ ਲਾ ਕਾਲਾ ਤਿੱਕਾ ਲੱਗ ਗਿਆ ਉਹ ਤੇ ਲੱਗਿਆ ਮਾੜਾ ਜਿਹਾ ਬਾਂਹ ਤੇ ਹੁਣ ਬਸ ਤੁਹਾਡੇ ਬ੍ਰੇਕਾਂ ਦੇ ਇੰਤਜ਼ਾਰ ਕਰੀ ਜਾਂਦਾ ਸੀ ਕਦੋਂ ਲੱਗਣਗੇ ਹਾਰਨ ਬਾਲੇ ਚਿਰ ਦੇ ਸੁਣੀ ਜਾਂਦੇ ਆ ਮਸ਼ੀਨ ਕਿਤੇ ਹਜੇ ਨਜ਼ਰ ਹੀ ਨਹੀਂ ਆਈ ਟਾਕੜੇ ਹੋ ਅੱਜ ਚਵਾਂ ਚੜ੍ਹਦੀ ਕਲਾ ਚ ਮੈਂ ਤਾਂ ਖੰਭ ਮਾਰੀ ਜਾਂਦੇ ਮੈਂ ਤੇ ਕੱਕੂ ਦਵਾਂ ਕਦੋਂ ਕੌਣਗੇ ਲੇਟ ਨਾ ਕਰਾ ਦੇਣ ਵੀ ਜੇ ਅਸਾਂ ਪਹੁੰਚੇ ਖੜੇ ਹੁਣ ਕੀ ਹਾਲ ਆ ਤਗੜਾ ਪੂਰਾ ਉਧਰ ਬੜਾ ਪਹੀ ਤੋਂ ਅੱਗੇ ਚੱਲਦੇ ਉੱਥੇ ਆਪਾਂ ਇੱਧਰ ਦੇਖਿਆ ਉੱਤੋਂ ਦੀ ਕੋਈ ਡਾਣਾ ਟੰਬਾ ਪੁਰਾਣੇ ਬੰਦੇ ਨੂੰ ਤਜਰਬੇ ਵਾਲੇ ਨੂੰ ਉਧਰ ਛੱਡਦੇ ਪੁਰਾਣੀ ਮਸ਼ੀਨ ਤੇ ਵਾਹ ਜੀ ਵਾਹ ਤੀਜੀ ਮਸ਼ੀਨ ਦੋ ਹੀ ਆ ਵੱਟਦੇ ਪੂਣੀਆਂ ਉਹਦੀਆਂ ਠੀਕ ਆ ਬਾਈ ਆਉਂਦੇ ਆ ਬਾਈ ਨੌਜਵਾਨ ਬਾਟਾਂ ਵੱਢਦੇ ਇੱਕ ਵਾਰੀ ਹੋਰ ਵਾਹਿਗੁਰੂ ਜੀ ਵਧੀਆ ਵਧੀਆ ਚੜ੍ਹਦੀ ਗੱਲ ਆ ਤੂੰ ਸੁਣਾ ਘੈਂਟ ਆ ਪੂਰਾ ਲੋਟ ਆ ਕਹ ਲੈ ਕੋਈ ਟਰੈਕਟਰ ਤੇ ਰੱਖ ਦੇ ਯਾਰ ਰੋਡ ਬਈ ਤਾਂ ਲਾ ਲਾਂਗੇ ਉਹ ਦਾਤੀਆਂ ਦਾ ਲੋੜ ਹੀ ਨਹੀਂ ਇਹਦਾ ਡਰਾਈਵਰ ਦੇਖੀ ਤੂੰ ਇਹ ਘਰ ਦਾ ਡਰਾਈਵਰ ਹੈਗਾ ਉਹ ਪਹਿਲੀ ਕਿਉਂ ਡਰਾ ਤਾ ਕੱਗੂ ਤੁਸੀਂ ਲੈ ਰੱਬ ਦਾ ਨਾਮ ਇਤਰਾ ਵਾਹਿਗੁਰੂ ਜੀ
ਛੱਡਦਾ ਗੱਗੂ ਤੋਂ ਬੋਣੀ ਕਰਾਉਣ ਵਾਸਤੇ ਦਾਤੀ ਦੀ ਦਾਤੀ ਜਗਾ ਕੇ ਹੱਡਣਗੇ ਮਾਇਆ ਕਿੰਨੇ ਦਿਨਾਂ ਚਲਾ ਰੱਖੇ ਕੰਮ ਸੋਹਣਾ ਨਿਕਲਦੇ ਗਾ ਝੋਨਾ ਵਧੀਆ ਠੀਕ ਹੈ ਬਗਾ ਵੀ ਦਿਓ ਫਿਰ ਆਇਆ ਤੰਗ ਤਾਂ ਨਹੀਂ ਉੱਤੋਂ ਦੀ ਗੜਾ ਇਹਦਾ ਮੈਂ ਘੇਰਾ ਪਾ ਲੈਂਦੇ ਹਾਂ ਦੋਨੇ ਜਾਣੇ ਅੱਗੋਂ ਦੀ ਵਿੱਚੋਂ ਦੀ ਚੀਅਰ ਲੈ ਚੱਲ ਕਹਿੰਦਾ ਕੰਮ ਦੀ ਰੁੱਤ ਹੈਗੀ ਇਹ ਤਿੱਖੇ ਵਾਲੇ ਅੱਗੋਂ ਚੱਲ ਗੱਗੂ ਕਹਿੰਦੇ ਇਹਨੂੰ ਐ ਜਵਾਨ ਪਲਿਆ ਜੁਰਮਾਨਾ ਚੋਬਰ ਆ ਲਿੱਚ ਜਿਹੜੀ ਵਜਾਣਾ ਓਏ ਪੁੱਠੀ ਲੋਟਣੀ ਲਾ ਦੇ ਓਏ ਲੋਟਣੀ ਖਾ ਜਾ ਇੱਕ ਲੋਟਣੀ ਖਾ ਜਾ ਪੁੱਠੀ ਲੋਟਣੀ ਖਾ ਜਾ ਲਿੱਛ ਤਾਂ ਚੜੀ ਪਈ ਆ ਹੁਣ ਆਏ ਪਿੱਛੇ ਹੋ ਜਾ ਆਇਆ ਉਰੇ ਆਇਆ ਗੱਲਾਂ ਕਰਦੇ ਆ ਉਹਦੇ ਪਿੱਛੇ ਕਰਨ ਜਾਂਦਾ ਸੀਗਾ ਰੋਕਦਾ ਸੀਗਾ ਤੂੰ ਬਾਹੂਬਲੀ ਪਤਾ ਭੀਮ ਸੈਨ ਆਇਆ ਪਾਣੀ ਪੀ ਲਾ ਕਿੰਨੇ ਮਾਣ ਹੋ ਗਏ ਬੰਗੇ ਦੀ ਲੋੜ ਨੀ ਪਈ ਤੇ ਬਾਣ ਸੀਗਾ ਇਹ ਜਿਹੜਾ ਵੱਡਿਆ ਇਹ 1.5 ਕਿੱਲਾ ਤੇ ਬਾਕੀ ਕੰਡੇ ਤੇ ਜਾ ਕੇ ਪਤਾ ਲੱਗੂਗਾ ਕਿੰਨਾ ਹੁੰਦਾ ਗਾ ਲਿਆ ਵਾਲੇ ਉਹਨਾਂ ਨੂੰ ਮਸਾ ਦੋ ਕਿੜਿਆਂ ਦਾ ਮਾਲ ਜਿਹਾ ਰਹਿੰਦਾ ਸੀ ਮਗਰ ਅਸੀਂ ਪੱਲੀ ਫਿਰ ਖੋਲਤੀ ਪਾਈ ਪਵਾਈ ਕਿ ਸਰਜੂ ਆ ਬਾਈ ਪੱਲੀ ਬਿਨਾ ਚੈੱਕ ਲਿਆਓਗੇ ਅੱਗੂ ਰਾਈਡਰ ਤੁਸੀਂ ਓਏ ਨੀਰਾ ਪਾ ਦਿੰਦਾ ਮੈਂ ਜਾ ਕੇ ਕੰਡਾ ਕਰਾਉਣਾਗਾ ਟਰਾਲੀ ਦਾ ਕੰਡਾ ਕਰਾਵਾਂਗੇ ਕੀ ਆ ਭਰਨਾ ਲੈ ਲਾ ਵਾਹ ਮਾੜੇ ਐਂ ਕਰ ਲਾ ਕੋਈ ਨਾ
ਮਿਲਦੇ ਆ ਬ੍ਰੇਕ ਤੋਂ ਬਾਅਦ ਇੱਕ ਅੱਧੇ ਦਿਨ ਨੂੰ ਨਹੀਂ ਕੋ ਰਾਤੀ ਕੀ ਗੱਲ ਚੱਲ ਭਾਈ ਦੀ ਹੁੰਦੀ ਦੇਖੋ ਆਲ ਟਾਈਮ ਵਿੱਚ ਨਹੀਂ ਇਹਦੀ ਨਹੀਂ ਹੱਲ ਭਾਈ ਦੀ ਬਾਬਾ ਆਖੜਾ ਪਿੰਡ ਛੜਕੇ ਜਾਣਾ ਕਿ ਨਹੀਂ ਬਈ ਪਰਸੋਂ ਵੱਢ ਕੇ ਇੱਧਰ ਦੇਖ ਕੇ ਆਵਾਂਗੇ ਇਹ ਆਪਾਂ ਜਿਹੜੇ ਬੈਠੇ ਬੈਠਣ ਵਾਲੇ ਭਾਈ ਨਹੀਂ ਯਾਰ ਬਾ ਬਟਨ ਵਾਲੇ ਹੀ ਕੰਮ ਉਹ ਬੈਠਣਗੇ ਤੋਂ ਬਾਅਦ ਤਾਂ ਬੈਠੀ ਜਾਂਦੇ ਆ ਉਹ ਟਾਵੇਂ ਟਾਵੇਂ ਦੌਗੀ ਜੀ ਔਖਾ ਹੋ ਜਾਂਦਾ ਬਾਈ ਦੌੜ ਹੋਰ ਯਾਰ ਫਿਰ ਦਾਤੀਆਂ ਚੱਕੀ ਫਿਰਦੇ ਮਗਰ ਲਿਆਓ ਆਪਾਂ ਪਰਨਾ ਅੱਜ ਲਾਵਾਂ ਕੱਲ ਤਾਂ ਗਏ ਸੀ ਉਹ ਤਾਂ ਨਹੀਂ ਕੰਮ ਡਿੱਗੇ ਨਹੀਂ ਸੀ ਬਾਲੀ ਮੈਨਾਂ ਹੋ ਗਈ ਹੈ ਜੀ ਹੈ ਨਾ ਹੈ ਹਾਂ ਬੈਂ ਦਾ ਟਾਈਮ ਹੋਣ ਵਾਲੀ ਆ चलो हाँ जी जिम लानी है हैं ला ला समा हो भाई शाम दे सवा छे बजे का इस वक्त जिम च बैठे मित्र प्यारा हरदीप हैलो सत श्री अकाल भाई तो दो तीन तरह की वार्तालाप हो जाती असल जो पहला इतने जिम लाता हूँ तो सोहनी सत्थरी पी बई ना तो हम पिछले काफ़ी समय तो चंडीगढ़ हों का जॉब करता मित्र तो अज काफ़ी समय इतने असं आ गए जिम च साढ़े चार बजे पेल इतने गलां बातें करी जाते थे बहर दबागे उधर दबारे फिर इतने आके बह गए तो वोट पाया ये किस होंगी ये पिंडों भाई अपने जिमें पिंड सूरती है पंजाब हरियाणा के बार्डर से लगते आप भाई पंजाब वाले तो हम धक धक करता दिल जाके कहना वेखते हैं किड़ा सरपंच बनना है हाँ तो वो काफ़ी टाइम दी क्या पुरानी यादा ताज़ा करनी है। मैं कहा जिम जाके बहने भाई इतने करते हैं यादा ताज़ा तो जिते बंदा बहुत टाइम ला के गया वो टाइम ना फिर वो थान मोह होंगे है ना वधिया लगे इतने आके हाँ चल तो हजे बैठे गलां बातें करते हैं तो बाकी इतने भाई पहला बहुत चिर चार साल लगातार जिम ट्रेनर की नौकरी करी आपके घर की गल ही इतने भी जिम च चढ़ती गला इना सरपंच थोड़ा जित जूगा हाँ एक सरपंच का जित गया भाई नाल पिंड का कहना हाँ सोहनी गल है भाई है बाणिया जी ठीक है भाई हैलो सही गल मिलते हैं छोटे जे ब्रेक तो बाद ठीक है हम जाएगा कल जब फिर आया तो टेलीफोन कर ले ठीक है ओ किवें लाडी मित्र गवांडी मित्र लाडी झोना काट दिया हाँ जी झोना काट रही है अज झोना ही कटे ठीक है ताई मैं लिबड़िया फिरदा तो झोना भाई कट्टण तो याद आई तो अपना भी कटा लिया तोलता ही इधरला झोना जी गल करते भी तोल के हम दसांगे 46 क्विंटल तोलिया कि बन गया लाडी ए जुड़ती गल सुनी सी भाई के बी 80 मन पै गया किले का उसले बन्ने बढ़ा के लिया एक बेरी 460 हाँ बस इन्ना कहो गया सही है बस तुम आइडिया दसता हाँ जी है नहीं कमा आ ले जा चंगा फिर आ ले जा नहीं कमा क्लियर झोना भाई मंडी च लाया आंदा हजे पता नहीं की हिसाब किताब करके मैं आके नीरा चरा पाने लग गया उदू बाद मित्र प्यारा हरदीप आ गया मॉइस्चर आया जेड़ा भाई 18.5 बाकी इत्थे समाप्ति अज के दिन दे अपने ते मिलदे आ कल नू सवेरे 7 बजे नवे ब्लॉग दे नाल बहुत सारा धन्नवाद प्यार सत्कार जिहड़े तुसीं समां कढ़ के परिवारां समेत सानू वेखदे हो ते जुड़े रहो चैनल दे नाल मिलदे आ सत श्री अकाल जी।